ਅਰਵਿੰਦ ਕੇਜਰੀਵਾਲ ਬੜੇ ਬੁਰੇ ਫਸੇ ਹੋਏ ਨੇ, ਈਡੀ ਦੀ ਹਿਰਾਸਤ ਦੇ ਵਿੱਚ ਨੇ, ਤਾਂ ਉਹ ਕਹਿੰਦੇ ਵੀ ਨਜ਼ਰ ਆ ਰਹੇ ਸੀਗੇ ਕਿ ਇਸ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ। ਪਰ ਅਸਲ ਦੇ ਵਿੱਚ ਇਸ ਚੀਜ਼ਾਂ ਦੇ ਮਾਇਨੇ ਕੀ ਨੇ, ਗ੍ਰਿਫਤਾਰੀ ਦੇ ਮਾਇਨੇ ਕੀ ਨੇ, ਤਾਂ ਹੁਣ ਅੱਗੇ ਉਹਨਾਂ ਨਾਲ ਕੀ ਕੁਛ ਹੋ ਸਕਦਾ ਹੈ, ਅਸੀਂ ਇਸ ਦੇ ਉੱਤੇ ਚਰਚਾ ਬਾਤ ਕਰਾਂਗੇ। ਅਤੇ ਇੱਕ ਗਵਾਹ ਵੀ ਹੈ ਜੋ ਕਿ ਚੰਦਰਾ ਰੈਡੀ ਹੈ, ਉਹ ਗਵਾਹ ਦੇ ਵੀ ਕੀ ਮਾਇਨੇ ਨੇ ਅਸੀਂ ਗੱਲਬਾਤ ਕਰਾਂਗੇ। ਤੁਸੀਂ ਅੰਮ੍ਰਿਤ ਪ੍ਰਸਾਦ ਦੇ ਨਾਲ ਜੁੜੇ ਹੋਏ ਹੋ ਅਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਜੀ ਨੇ। ਸਰ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ, ਬਹੁਤ ਬਹੁਤ ਜੀ। ਧੰਨਵਾਦ ਜੀ। ਸਰ, ਇਸ ਚੀਜ਼ ਦੇ ਮਾਇਨੇ ਕੀ ਨੇ? ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ, ਈਡੀ ਦੀ ਹਿਰਾਸਤ ਦੇ ਵਿੱਚ ਨੇ, ਉਹ ਕਹਿੰਦੇ ਵੀ ਨਜ਼ਰ ਆਏ ਸੀਗੇ ਪਹਿਲਾਂ ਵੀ ਕਿ ਹੁਣ ਵੀ ਕਿ ਮੇਰਾ ਕੋਈ ਕਸੂਰ ਨਹੀਂ ਹੈਗਾ, ਅਸੀਂ ਕੱਟੜ ਇਮਾਨਦਾਰ ਹਾਂ, ਇਹ ਸਾਰੀਆਂ ਚੀਜ਼ਾਂ ਦਾ ਅਨਾਲਿਸਿਸ ਕੀ ਹੈ? ਦੇਖੋ, ਇਵੇਂ ਹੈ ਕਿ ਕੇਜਰੀਵਾਲ ਜੀ ਜੋ ਇਹ ਕਹਿ ਰਹੇ ਹਾਂ ਕਿ ਮੇਰੀ ਇਸ ਵਿੱਚ ਕੋਈ ਇਨਵੋਲਵਮੈਂਟ ਨਹੀਂ ਔਰ ਮੈਂ ਬਿਲਕੁਲ ਸਾਫ਼ ਸੁਥਰਾ ਦੁੱਧ ਧੋਤਾ, ਇਹ ਉਹਨਾਂ ਦਾ ਬਿਆਨ ਅੱਛਾ, ਪਰ ਕੀ ਇਹ ਬਿਆਨ ਉਹਨਾਂ ਦਾ ਜਿਹੜੀ ਕਾਨੂੰਨ ਦੀ ਨਜ਼ਰ ਵਿੱਚ ਪੂਰਾ ਉਤਰੇਗਾ? ਕਿਉਂਕਿ ਈਡੀ ਨੇ ਬੜੀ ਤਿਆਰੀ ਨਾਲ, ਇਨਫੋਰਸਮੈਂਟ ਡਿਪਾਰਟਮੈਂਟ ਨੇ ਇਹ ਕੇਸ ਰਜਿਸਟਰ ਕੀਤਾ, ਕਿਉਂਕਿ ਇਹਦੇ 'ਚ ਮੈਂ ਤੁਹਾਨੂੰ ਦੱਸਾਂਗਾ ਵੀ ਇਹਦੇ ਪਾਰਗਾਮੀ ਹੋਰ ਵੀ ਕੀ ਇਹਦੇ 'ਤੇ ਐਕਸ਼ਨ ਹੋ ਸਕਦੇ ਨੇ। ਇਹ ਸਿਰਫ ਇਹਨਾਂ ਨਹੀਂ ਕੇਜਰੀਵਾਲ ਨੂੰ ਅਰੈਸਟ ਕੀਤਾ, ਅਤੇ ਮੇਰੀ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਹੈ ਵੀ ਇਹਨੂੰ ਸਾਰਾ ਸੁਣਿਓ, ਥੋੜ੍ਹਾ ਲੰਬਾ ਵੀ ਹੋ ਜਾਏ, ਕਿਉਂਕਿ ਇਹਦੇ ਵਿੱਚ ਪਾਰਟੀ ਦੀ ਨੂੰ ਡੀਰੈਕੋਗਨਾਈਜ਼ ਕੀਤਾ ਜਾ ਸਕਦਾ, ਆਮ ਆਦਮੀ ਪਾਰਟੀ ਨੂੰ, ਔਰ ਉਹਦਾ ਜਿਹੜਾ ਇਲੈਕਸ਼ਨ ਚੋਣ ਨੁਮਾਇੰਦਾ ਉਹਨੂੰ ਵੀ ਕੈਂਸਲ ਸਕ੍ਰੈਪ ਕੀਤਾ ਜਾ ਸਕਦਾ। ਇਹ ਕੋਈ ਸਧਾਰਨ ਜਿਹਾ ਕੇਸ ਨਹੀਂ, ਇਹ ਬੜਾ ਸੀਰੀਅਸ ਕੇਸ ਉਹਨਾਂ ਨੇ ਰਜਿਸਟਰ ਕੀਤਾ। ਉਹਦਾ ਕਾਰਨ ਕੀ ਹੈ ਵੀ ਕੇਸ ਇਸ ਲਾਈਨ 'ਤੇ ਕਿਉਂ ਚੱਲ ਗਏ? ਜਦੋਂ ਬਹਿਸ ਹੋ ਰਹੀ ਸੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਉੱਪਰ, ਅਤੇ ਸੁਪਰੀਮ ਕੋਰਟ ਦੇ ਇੱਕ ਜੱਜ ਨੂੰ ਇਹ ਦੱਸਿਆ ਗਿਆ ਜਦੋਂ ਬੈਂਚ ਨੂੰ ਕਿ ਵੀ ਇਹ ਜਿਹੜਾ ਪੈਸਾ ਸੀਗਾ ਇਹਦੀ, ਚਾਹੇ ਮਨੀ ਟ੍ਰੇਲ ਨਹੀਂ, ਅਸੀਂ ਐਕਸਪਲੇਨ ਕਰ ਲਏ ਵੀ ਇਹ ਪੈਸਾ ਗੋਆ ਦੀਆਂ ਇਲੈਕਸ਼ਨਾਂ ਵਿੱਚ ਵਰਤਿਆ ਗਿਆ, ਔਰ ਇਹਦੀ ਜੋ ਦੱਸੀ ਗਈ ਇਹ ਅਮਾਊਂਟ ਉਹ 45.7 ਕਰੋੜ ਹੈ। ਗੋਆ 'ਚ ਇਹਨਾਂ ਨੇ 2 ਸੀਟਾਂ ਵੀ ਜਿੱਤੀਆਂ। ਤੋ ਸੁਪਰੀਮ ਕੋਰਟ ਦੇ ਜੱਜ ਦਾ ਫਸਟ ਰਿਐਕਸ਼ਨ ਸੀ ਕਿ ਵੀ ਤੁਸੀਂ ਫਿਰ ਪਾਰਟੀ 'ਤੇ ਕੇਸ ਚਲਾਓ, ਫਿਰ ਇਹਨਾਂ 'ਤੇ ਕਿਉਂ ਚਲਾ ਰਹੇ? ਉਸ ਤੋਂ ਇਨਫੋਰਸਮੈਂਟ ਡਿਪਾਰਟਮੈਂਟ ਦੇ ਅਫਸਰਾਂ ਨੂੰ ਇਹ ਹਿੰਟ ਮਿਲ ਗਿਆ ਕਿ ਵੀ ਪਾਰਟੀ 'ਤੇ ਵੀ ਕੇਸ ਚੱਲ ਸਕਦਾ ਜੀ। ਹੁਣ ਜਿਹੜਾ ਕੇਸ ਹੈ ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੇਸ ਕੇਜਰੀਵਾਲ ਉੱਪਰ ਐਜ਼ ਏ ਕਨਵੀਨਰ ਆਫ ਆਮ ਆਦਮੀ ਪਾਰਟੀ, ਉਹਦਾ ਨੈਸ਼ਨਲ ਕਨਵੀਨਰ ਹੈ, ਉਹਦਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਕਰਤਾ ਦਰਤਾ ਹੈ, ਉਹ ਸਭ ਕੁਝ ਉਹ ਹੈ, ਤੋ ਉਸ ਦੀ ਪਾਰਟੀ ਉੱਪਰ ਤੇ ਕੇਸ ਚਲਾਇਆ ਗਿਆ ਆਮ ਆਦਮੀ ਪਾਰਟੀ 'ਤੇ ਜੀ, ਕਿਉਂਕਿ ਉਹ ਇਸ ਦਾ ਕਰਤਾ ਦਰਤਾ ਹੈ, ਇਸ ਲਈ ਨਾਲ ਉਹਦੇ 'ਤੇ ਵੀ ਕੇਸ ਚੱਲ ਰਿਹਾ। ਸੋ ਆਮ ਆਦਮੀ ਪਾਰਟੀ 'ਤੇ ਇਹ ਹਿੰਦੁਸਤਾਨ ਵਿੱਚ ਪਹਿਲਾ ਕੇਸ ਹੈ ਜੀ ਜੋ ਕਿ ਕਿਸੇ ਪੋਲੀਟੀਕਲ ਪਾਰਟੀ 'ਤੇ ਚਲਾਇਆ ਗਿਆ ਮਨੀ ਲਾਂਡਰਿੰਗ ਦਾ। ਇਸ ਤੋਂ ਪਹਿਲੇ ਕਦੀ ਕਿਸੇ ਪੋਲੀਟੀਕਲ ਪਾਰਟੀ 'ਤੇ ਕਰਪਸ਼ਨ ਦਾ ਕੇਸ
ਚੱਲਿਆ ਹੀ ਨਹੀਂ। ਇਹ ਬੜਾ ਯੂਨੀਕ, ਇਹ ਵਿਲੱਖਣ, ਔਰ ਇਹ ਦਰਸ਼ਕਾਂ ਨੂੰ ਚਾਹੀਦਾ ਇਸ ਥੋੜ੍ਹੀ ਧਿਆਨ ਨਾਲ ਸਮਝਣ ਅਤੇ ਸੁਣਨ ਵਾਲੀ ਗੱਲ ਹੈ ਜੀ ਕਿ ਹੁਣ ਇੱਕ ਇਸ ਆਮ ਆਦਮੀ ਪਾਰਟੀ 'ਤੇ ਚੱਲ ਰਿਹਾ ਜਿਸ ਦਾ ਕਰਤਾ ਦਰਤਾ ਅਰਵਿੰਦ ਕੇਜਰੀਵਾਲ ਹੈ ਜੀ। ਹੁਣ ਉਹਦੇ ਵਿੱਚ ਹੋਇਆ ਇਹ ਹੈ ਕਿ ਜਦੋਂ ਇਹ ਸਾਰਾ ਕੁਝ ਕੀਤਾ ਕੇਂਦਰ ਸਰਕਾਰ ਨੇ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਜਾਂ ED ਤੋਂ ਕਰਵਾਇਆ ਜਾਂ ਉਹਦੇ ਵਿੱਚ ਉਹ ਆਪਣੇ ਆਪ ਵਿੱਚ ਵੀ ਬੜੇ ਐਕਸਪੋਜ਼ ਹੋਏ ਨੇ। ਉਹਦਾ ਕਾਰਨ ਹੈ ਜਿਹੜਾ ਵਾਅਦਾ ਮੁਆ ਗੁਆ ਬਣਾਇਆ ਉਹਨਾਂ ਨੇ ਸਰਥ ਚੰਦਰ ਰੈਡੀ। ਸੋ ਸਰਥ ਚੰਦਰ ਰੈਡੀ ਨੂੰ ਪਹਿਲੀ ਚਾਰਜਸ਼ੀਟ ਵਿੱਚ ਇਸ ਸਾਰੇ ਜਿਹੜੀ ਮਨੀ ਲਾਂਡਰਿੰਗ ਸੀ ਉਹਦਾ ਕਿੰਗ ਪਿੰਨ ਮੰਨਿਆ ਗਿਆ, ਇਹ ਚਾਰਜਸ਼ੀਟ 'ਚ ਲਿਖਿਆ ਹੋਇਆ। ਔਰ ਉਹਨੂੰ ਅਰੈਸਟ ਕੀਤਾ, ਉਹ ਕਈ ਮਹੀਨੇ ਜੇਲ੍ਹ 'ਚ ਵੀ ਰਿਹਾ, ਔਰ ਉਸਦੇ ਜੇਲ੍ਹ ਵਿੱਚੋਂ ਰਹਿਣ ਦੇ ਸਮੇਂ ਵੀ ਉਸਨੇ ਮਨੀ ਜਿਹੜੀ ਬੌਂਡ ਸੀਗੇ ਇਲੈਕਸ਼ਨ ਬੌਂਡ ਉਹ ਖਰੀਦ ਕੇ BJP ਨੂੰ ਦਿੱਤੇ, ਜਿਹੜੇ BJP ਨੇ ਕੈਸ਼ ਕਰਾ ਲਏ। ਜਦੋਂ ਉਸਦੀ ਜ਼ਮਾਨਤ ਹੋਣੀ ਸੀ ਉਹ ਜ਼ਮਾਨਤ ਉਸਨੂੰ ਬਿਮਾਰੀ ਦੇ ਬਹਾਨੇ ਬਣਾ ਕੇ ਦਿੱਤੀ ਗਈ, ਪਰ ਅਸਲੀਅਤ ਇਹ ਸੀ ਕਿ ਉਹ ਐਗਰੀ ਕਰ ਗਿਆ ED ਨਾਲ ਕਿ ਵੀ ਉਹ ਕੇਜਰੀਵਾਲ ਦੇ ਵਿਰੁੱਧ ਸਟੇਟਮੈਂਟ ਰਿਕਾਰਡ ਕਰਾਤੀ ਵੀ ਮੇਰੀ ਇਹਦੇ ਨਾਲ ਗੱਲਬਾਤ। ਜਦ ਉਹਨੇ ਪਹਿਲੇ ਕਿਹਾ ਸੀ ਮੈਂ ਉਹਨੂੰ ਕਦੀ ਮਿਲਿਆ ਨਹੀਂ, ਮੇਰੀ ਕਦੀ ਗੱਲਬਾਤ ਨਹੀਂ ਹੋਈ। ਤੋ ਇਹ ਜਿਹੜਾ ਸਰਥ ਚੰਦਰ ਰੈਡੀ ਹੈ ਇਹਦੀਆਂ 4-5 ਫਰਮਾਂ, ਤੋ ਇਹਦੀਆਂ ਜਿਹੜੀ ਅਰਵਿੰਦੋ ਫਰਮਾਂ ਇਹਦੀਆਂ ਸਬਸਿਡਰੀਜ਼ ਹਨ ਚਾਰਜ। ਇਹ ਜਿਹੜੀ ਇਹਨੇ ਸਟੇਟਮੈਂਟ ਦੇ ਦਿੱਤੀ ED ਨੂੰ ਇਹ ਔਨ ਰਿਕਾਰਡ ਦਿੱਤੀ, ਔਨ ਓਥ ਦਿੱਤੀ, ਜਿਹਦੇ ਵਿੱਚ ਉਹਨੇ ਕਿਹਾ ਕਿ ਵੀ ਮੇਰੀ ਇਹਦੇ ਨਾਲ ਗੱਲਬਾਤ ਹੋਈ ਹੈ। ਹੁਣ ਇਹਦੀ ਗੱਲਬਾਤ ਦਾ ਆਧਾਰ ਬਣਾਇਆ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਮੋਬਾਈਲ ਉੱਤੇ ਗੱਲਬਾਤ ਹੋਈਆਂ, ਉਹਦੀਆਂ ਸਟੇਟਮੈਂਟਾਂ ਕਢਵਾ ਲਈਆਂ ਉਹਨਾਂ ਨੇ, ਉਹ ਤਾਂ ਨਿਕਲ ਜਾਂਦੀਆਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਜਿਹੜੇ ਮੋਬਾਈਲ ਫੋਨ ਹੈ ਉਹਦੀਆਂ ਰਿਕਾਰਡਿਡ ਸਟੇਟਮੈਂਟ ਮਿਲ ਜਾਂਦੀਆਂ। ਗੱਲਬਾਤ ਦੀ ਭਾਵੇਂ ਰਿਕਾਰਡ ਨਾ ਮਿਲੇ ਪਰ ਟੈਲੀਫੋਨ 'ਤੇ ਦੋ ਬੰਦਿਆਂ ਦੀ ਗੱਲ ਕਿੰਨੀ ਮਿੰਟ ਲੰਬੀ ਹੋਈ ਹੈ, ਕਿੰਨੀ ਵਾਰੀ ਹੋਈ ਹੈ, ਉਹ ਸਾਰਾ ਰਿਕਾਰਡ ED ਨੇ ਕਢਾ ਲਿਆ। ਉਹਦੇ ਬਾਅਦ ਉਹਦੀ ਜ਼ਮਾਨਤ ਹੋ ਗਈ, ਉਹਦੀ ਜ਼ਮਾਨਤ ਹੋ ਗਈ ਤਾਂ ਉਸ ਤੋਂ ਬਾਅਦ ਉਹਨੇ 59.5 ਕਰੋੜ ਰੁਪਈਏ ਦੇ ਹੋਰ ਬੌਂਡ ਖਰੀਦੇ, ਇਲੈਕਸ਼ਨ ਬੌਂਡ, ਅਤੇ ਉਹ BJP ਨੂੰ ਉਹਨੇ ਦਿੱਤੇ ਅਤੇ BJP ਨੇ ਉਹ ਕੈਸ਼ ਕਰਾ ਲਏ। ਇਹ ਜਿਹੜਾ ਹੁਣ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਵੀ ਬੌਂਡਾਂ ਦੇ ਜਿਹੜੇ ਯੂਨੀਕ ਨੰਬਰ ਹਨ ਜਿਹੜੇ ਹਿਡਨ ਹੁੰਦੇ ਇਹ ਵੀ ਦਿਓ, ਜਿਸ ਨੇ ਰਿਸੀਵ ਕੀਤੇ ਨੇ, ਚਾਹੇ ਇਹ ਨਹੀਂ ਕਿ ਇਹ ਬੌਂਡ ਉਹਨੇ BJP ਨੂੰ ਦਿੱਤੇ ਜਾਂ ਕਿਹਨੂੰ ਦਿੱਤੇ ਨੇ, ਪਰ BJP ਨੇ ਜਿੰਨੇ ਵੀ ਬੌਂਡ ਰਿਸੀਵ ਕੀਤੇ ਨੇ ਉਹਨਾਂ ਦੇ ਯੂਨੀਕ ਨੰਬਰ ਵੀ ਇਲੈਕਸ਼ਨ ਕਮਿਸ਼ਨ ਨੂੰ ਦਿਓ ਅਤੇ ਇਲੈਕਸ਼ਨ ਕਮਿਸ਼ਨ ਆਪਣੀ ਵੈਬਸਾਈਟ 'ਤੇ ਪਾਏ ਜੀ। ਇਹ ਜਿਹੜਾ ਭੇਦ ਖੁੱਲਿਆ ਕਿ ਸਰਥ ਚੰਦਰ ਰੈਡੀ ਨੇ ਉਹਨਾਂ ਨੂੰ 59.5 ਕਰੋੜ ਰੁਪਈਆ ਦਿੱਤਾ, ਇਹ ਭੇਦ ਜਿਹੜੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਨਤਕ ਹੋਇਆ। ਹੁਣ ਜਨਤਕ ਵਿੱਚ ਕੀ ਹੈ ਕਿ ਮੈਂ ਤੁਹਾਨੂੰ ਦੱਸਦਾ ਕਿ ਉਹਦੀਆਂ ਤਿੰਨ ਫਰਮਾਂ
ਉਹਦੀਆਂ ਤਿੰਨ ਫਰਮਾਂ ਵਿੱਚੋਂ ਉਸਨੇ ਜਿਹੜੇ ਇੱਕ ਫਰਮ 'ਚ 25 ਲੱਖ ਰੁਪਈਆ 25 ਕਰੋੜ ਰੁਪਈਆ ਦਿੱਤਾ, ਦੂਸਰੀ ਫਰਮ ਦਾ ਉਹਨੇ ਬੌਂਡ ਖਰੀਦ ਕੇ ਦਿੱਤੇ ਨੇ ਉਹ 10 ਕਰੋੜ ਰੁਪਏ ਦੇ, ਤੋ ਜਿਹੜੀ ਤੀਸਰੀ ਫਰਮ ਹੈ ਉਹਦੇ ਵਿੱਚ ਜਿਹੜੇ ਬੌਂਡ ਦਿੱਤੇ ਨੇ ਉਹ 15 ਕਰੋੜ ਰੁਪਏ ਦੇ। ਸੋ ਇਹ ਤਿੰਨੋਂ ਫਰਮਾਂ ਜਿਹੜੀਆਂ ਅਰਵਿੰਦੋ ਫਰਮੇ ਦੇ ਸਬਸਿਡਰੀਜ਼ ਹੈਗੀਆਂ ਜਿਨ੍ਹਾਂ ਰਾਹੀਂ ਕਿ ਇਹ ਪੈਸਾ ਬੀਜੇਪੀ ਨੇ ਰਿਸੀਵ ਕੀਤਾ। ਹੁਣ ਬੀਜੇਪੀ ਨੇ 59.5 ਕਰੋੜ ਰੁਪਏ ਦੇ ਇਲੈਕਟ੍ਰੋ ਬਾਂਡ ਇਸ ਵਾਅਦਾ ਗਵਾਹ ਤੋਂ ਲਏ ਜਿਹੜਾ ਕਿ ਅਪਰੂਵਰ ਬਣ ਗਿਆ। ਹੁਣ ਇਹ ਭੇਦ ਜਿਹੜਾ ਹੈ ਇਹਦੇ ਸਾਹਮਣੇ ਆ ਜਾਣ ਤੋਂ ਬਾਅਦ ਕੋਰਟਾਂ ਉਸ ਦੀ ਗਵਾਹੀ ਨੂੰ ਕਿੰਨੀ ਕੁ ਵੇਟੇਜ ਦਿੰਦੀਆਂ, ਨੰਬਰ 1। ਨੰਬਰ 2, ਉਹਦਾ ਪਹਿਲੇ ਬਿਆਨ ਵਿੱਚ ਉਹ ਕ੍ਰਿਮੀਨਲ ਹੈ, ਪਹਿਲੀ ਚਾਰਜਸ਼ੀਟ 'ਚ ਦੋਸ਼ ਹੈ ਉਹਦੇ 'ਤੇ ਜੀ। ਤਾਂ ਉਸ ਤੋਂ ਬਾਅਦ ਇਹ ਜਦੋਂ ਇਹ ਪੈਸੇ ਦੇ ਦਿੰਦਾ, ਬੌਂਡ ਦੇ ਦਿੰਦਾ, ਫੰਡ ਦੇ ਦਿੰਦਾ ਇਲੈਕਸ਼ਨ ਦਾ, ਤਾਂ ਉਸ ਨੂੰ ਜ਼ਮਾਨਤ ਮਿਲ ਜਾਂਦੀ। ਹੁਣ ਸਵਾਲ ਇਹ ਆਏਗਾ ਕਿ ਵੀ ਇਸ ਦੀ ਗਵਾਹੀ ਦੀ ਕੀ ਅਹਿਮੀਅਤ ਹੈ? ਇਹ ਤਾਂ ਬੀਜੇਪੀ ਦਾ ਖਾਸ ਬੰਦਾ ਹੋ ਗਿਆ, ਉਹਨੇ ਪਹਿਲੇ ਨਹੀਂ ਦਿੱਤੀ। ਸੋ ਇਹਦੀ ਇਸ ਗਵਾਹੀ ਦਾ ਵੀ ਕੋਰਟਾਂ ਫੈਸਲਾ ਕਰਨਗੀਆਂ ਕਿ ਬਈ ਇਸ ਦੀ ਗਵਾਹੀ ਨੂੰ ਕਿੰਨੀ ਵੇਟੇਜ ਦੇਣੀ ਹੈ। ਕਿਉਂਕਿ ਉਹ 2023 'ਚ ਜਦੋਂ ਉਹਨੇ 50 ਕਰੋੜ ਰੁਪਇਆ ਦਿੱਤਾ ਉਸ ਵੇਲੇ ਹੀ ਉਹ ਅਪਰੂਵਲ ਬਣਿਆ, ਯਾਨੀ ਵਾਅਦਾ ਮਾਫ ਗਵਾਹ ਬਣਿਆ ਨਵੰਬਰ 2023। ਹੁਣ ਅੱਗੇ ਗੱਲ ਕਰਦੇ ਹਾਂ ਕਿ ਹੁਣ ਇਹ ਕੇਸ ਜਿਹੜਾ ਕੇਜਰੀਵਾਲ 'ਤੇ ਜੋ ਚੱਲ ਰਿਹਾ, ਇਹ PML ਯਾਨੀ ਕਿ ਮਨੀ ਲਵਾਂਡਰਿੰਗ ਦਾ ਇਹ ਕੇਸ ਹੈ, ਪ੍ਰੀਵੈਂਸ਼ਨ ਆਫ ਮਨੀ ਲਵਾਂਡਰਿੰਗ ਐਕਟ ਦੀ ਧਾਰਾ 70 ਅਧੀਨ ਕੇਸ ਚੱਲ ਰਿਹਾ। ਹੁਣ ਜੋ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ED ਨੇ, ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਕਿਉਂਕਿ ਇਹ ਜਿਹੜੀ ਕੰਪਨੀ ਹੈ, ਇਹ ਜਿਹੜੀ ਪਾਰਟੀ ਹੈ, ਇਹ ਕੰਪਨੀ ਐਕਟ ਦੇ ਅਧੀਨ ਰਜਿਸਟਰ ਹੋਈ ਹੋਈ ਹੈ, ਅਤੇ ਉਹਨੂੰ ਰਜਿਸਟਰ ਕਰਾਉਣ ਵਾਲਾ ਜੋ ਹੈ ਉਹ ਅਰਵਿੰਦ ਕੇਜਰੀਵਾਲ ਹੈ, ਅਤੇ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਜਿਹੜਾ ਐਕਟ ਹੈ ਉਹ ਕੀ ਕਹਿੰਦਾ ਹੈ ਕਿ ਵੀ ਕਿਸੇ ਵੀ ਕੰਪਨੀ ਦਾ ਮੈਨੇਜਰ ਹੋਵੇ, CEO ਹੋਵੇ, ਜਾਂ ਉਸਦਾ ਹੋਰ ਵੀ ਕੋਈ ਅਫੀਸ਼ੀਅਲ ਹੋਵੇ ਜੋ ਇਸ ਤਰ੍ਹਾਂ ਦੀ ਮਨੀ ਲਵੈਂਡਰਿੰਗ ਦਾ ਕੰਮ ਕਰਦਾ, ਉਹਦੇ ਉੱਪਰ ਕਰਪਸ਼ਨ ਦਾ ਚਾਰਜ ਬਣਦਾ। ਅਤੇ ਇਹ ਕਿਉਂਕਿ CEO ਹੈ, ਕਰਤਾ ਧਰਤਾ ਹੈ, ਤੋ ਇਸ ਕਰਕੇ ਇਸ ਨੂੰ ਇਸ ਸੈਕਸ਼ਨ ਅਧੀਨ ਉਹਨਾਂ ਨੇ ਲੈ ਲਿਆ।